ਹਾਥੋਰਨ ਅਮਰੀਕਾ ਦਾ ਇੱਕ ਮੋਹਰੀ ਨਾਵਲਕਾਰ ਹੋਇਆ ਹੈ ਜਿਹੜਾ ਆਪਣੀ ਪਤਨੀ ਦੇ ਉਤਸ਼ਾਹ ਦਾ ਪ੍ਰੇਰਿਆ ਸਫਲ ਤੇ ਪ੍ਰਸਿੱਧ ਹੋਇਆ ਪਤਨੀ ਉਹਦੀ ਲਿਖਣ ਯੋਗਤਾ ਨੂੰ ਜਾਣਦੀ ਸੀ ਤੇ ਲਿਖਣ ਲਈ ਪ੍ਰੇਰਦੇ ਰਹਿੰਦੀ ਸੀ ਜਦੋਂ ਕਸਟਮ ਹਾਊਸ ਵਿੱਚ ਹਾਥੋਰਨ ਨੂੰ ਨੌਕਰੀ ਤੋਂ ਜਵਾਬ ਮਿਲ ਗਿਆ ਤਾਂ ਘਰ ਆ ਕੇ ਉਹਨੇ ਰੋ ਰੋ ਕੇ ਕਿਹਾ ਮੈਂ ਬਰਬਾਦ ਹੋ ਗਿਆ ਮੇਰੀ ਨੌਕਰੀ ਚਲੀ ਗਈ ਹੈ ਪਤਨੀ ਨੇ ਉਤਸ਼ਾਹ ਦਿੰਦਿਆਂ ਕਿਹਾ ਹੁਣ ਫਿਰ ਤੁਸੀਂ ਜਿਹੜੀ ਪੁਸਤਕ ਲਿਖਣ ਦੀਆਂ ਵਿਉਂਤਾਂ ਦੱਸਦੇ ਰਹਿੰਦੇ ਹੋ ਉਹ ਲਿਖੋ ਪਤੀ ਨੇ ਕਿਹਾ ਪਰ ਅਸੀਂ ਖਾਵਾਂਗੇ ਕੀ ਸਾਡਾ ਗੁਜ਼ਾਰਾ ਕਿਵੇਂ ਚੱਲੇਗਾ ਪਤਨੀ ਨੇ ਮੇਜ਼ ਦੇ ਦਰਾਜ਼ ਚੋਂ ਨੋਟਾਂ ਦਾ ਭਰਿਆ ਲਫਾਫਾ ਕੱਢਿਆ ਵਖਾਇਆ ਤੇ ਕਿਹਾ ਮੈਂ ਹਮੇਸ਼ਾ ਵਿਸ਼ਵਾਸ ਕਰਦੀ ਸਾਂ ਕਿ ਤੁਹਾਡੇ ਚ ਨਿਰਾਲੀ ਮੌਲਿਕਤਾ ਤੇ ਯੋਗਤਾ ਹੈ ਮੈਂ ਸੋਚਿਆ ਹੋਇਆ ਸੀ ਜਦੋਂ ਤੁਸੀਂ ਪੁਸਤਕ ਲਿਖੋਗੇ ਉਸ ਵੇਲੇ ਪੈਸੇ ਕਮ ਆਉਣਗੇ ਮੈਂ ਹਰ ਹਫ਼ਤੇ ਚੋਖੇ ਪੈਸੇ ਬਚਾਉਂਦੀ ਰਹੀਆਂ ਇਹ ਪੈਸੇ ਇੱਕ ਸਾਲ ਦੇ ਗੁਜ਼ਾਰੇ ਲਈ ਕਾਫੀ ਹਨ ਤੁਸੀਂ ਆਪਣਾ ਸ਼ਾਹਕਾਰ ਲਿਖੋ ਲੋੜ ਪਈ ਤਾਂ ਕੰਮ ਮੈਂ ਕਰਾਂਗੀ। ਇਵੇਂ ਪਤਨੀ ਦੇ ਪ੍ਰੇਰੇ ਹਾਥੋਂ ਰਣ ਨੇ ਅਮਰੀਕੀ ਸਾਹਿਦ ਦਾ ਦਸ ਕਾਰਲਟ ਲੈਟਰ ਨਾਂ ਦਾ ਸ਼ਾਹਕਾਰ ਨੋਵਲ ਲਿਖਿਆ ਤੇ ਵਿਸ਼ਵ ਪ੍ਰਸਿੱਧ ਲੇਖਕ ਅਖਵਾਇਆ। ਧੰਨਵਾਦ।